ਜਗਵਾਈ ਟੀਵੀ ਤੇ ਮੈਂ ਹਾਂ ਸੈਕਿੰਡ ਸੈਣੀ। ਤੁਸੀਂ ਦਰਸ਼ਨ ਕਰ ਰਹੇ ਹੋ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ, ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਅਤੇ 40 ਸਿੰਘ ਸ਼ਹੀਦ ਹੋਏ ਤੇ ਇਸ ਸਥਾਨ 'ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਅਲੌਕਿਕ ਨਜ਼ਾਰਾ। ਰਾਤ ਦਾ ਸ਼ਹੀਦੀ ਜੋੜ ਮੇਲੇ ਚੱਲਦੇ ਨੇ, ਅੱਜ ਪਹਿਲਾ ਦਿਨ ਸੀ ਅਤੇ ਰਾਤ ਦੇ ਜਿਹੜੇ ਹੈਗੇ ਇਹ ਅਲੌਕਿਕ ਨਜ਼ਾਰੇ ਇੱਥੇ ਦੇ ਦੱਸਦੇ। ਇੱਥੇ ਦਾ ਇਤਿਹਾਸ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 40 ਸਿੰਘ, 2 ਸਾਹਿਬਜ਼ਾਦੇ ਅਤੇ 3 ਜਿਹੜੇ 5 ਪਿਆਰੇ, 10 ਲੱਖ ਫੌਜਾਂ ਨਾਲ ਜਿਹੜਾ ਹੈਗਾ ਜੰਗ ਲੜਦੇ ਹੋਏ ਸ਼ਹੀਦ ਹੋਏ ਸੀ ਇਸ ਧਰਤੀ 'ਤੇ ਪਵਿੱਤਰ 'ਤੇ, ਜਿਸ ਦੇ ਸੰਬੰਧ ਵਿੱਚ ਇੱਥੇ ਲਗਾਤਾਰ 3 ਦਿਨ ਜਿਹੜੇ ਹੈਗੇ ਸ਼ਹੀਦੀ ਜੋੜ ਮੇਲੇ ਚੱਲਦੇ ਨੇ। ਤੁਹਾਨੂੰ ਦਰਸ਼ਨ ਕਰਵਾਉਂਦੇ ਗੁਰਦੁਆਰਾ ਸਾਹਿਬ ਦੇ ਅੰਦਰ, ਇਸ ਤੋਂ ਪਹਿਲਾਂ ਸੰਗਤਾਂ ਇੱਥੇ ਜਿਹੜੇ ਰਾਤ ਨੂੰ ਹੁੰਮ ਹੁੰਮਾ ਕੇ ਪਹੁੰਚੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ, ਉਹਨਾਂ ਨਾਲ ਗੱਲ ਕਰਦੇ ਹਾਂ ਸ਼ਹੀਦੀ ਜੋੜ ਮੇਲਿਆਂ ਨੂੰ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੀ ਕਹਿਣਾ, ਜਿਹੜੇ ਸ਼ਹੀਦੀ ਜੋੜ ਮੇਲੇ ਮਨਾਏ ਜਾਂਦੇ ਆ, ਕਿਸ ਤਰ੍ਹਾਂ ਜਿਹੜੇ ਹੈਗੇ ਮਨਾਉਣੇ ਚਾਹੀਦੇ? ਕਿਉਂਕਿ ਅੱਜ ਕੱਲ੍ਹ ਜ਼ਿਆਦਾਤਰ ਮੇਲਿਆਂ ਨੂੰ ਜਿਹੜਾ ਹੈਗਾ ਲੋਕ ਸ਼ਹੀਦੀ ਜੋੜ ਮੇਲਿਆਂ ਦੀ ਤਰ੍ਹਾਂ ਨਹੀਂ ਜਿਹੜੀ ਹੈਗੀ ਆ ਹੁੱਲੜਬਾਜ਼ੀ ਕਰਕੇ ਖੁਸ਼ੀ ਕਰਦੇ ਜੀ, ਜਿੱਦਾਂ ਸੋਗਮਈ ਤਰੀਕੇ ਨਾਲ ਜਿਹੜੇ ਜੋੜ ਮੇਲ ਮਨਾਉਣੇ ਚਾਹੀਦੇ ਉਸ ਤਰੀਕੇ ਨਾਲ ਨਹੀਂ ਜਾਂ ਮਨਾਏ ਜਾ ਰਹੇ। ਬਿਲਕੁਲ ਬਿਲਕੁਲ ਠੀਕ ਤੁਸੀਂ ਕਿਹਾ, ਜਿੱਦਾਂ ਲੰਗਰ ਲਾ ਕੇ ਜਗ੍ਹਾ ਜਗ੍ਹਾ 'ਤੇ ਲੰਗਰ ਲਾਏ ਪਏ ਹੈ, ਜਗ੍ਹਾ ਜਗ੍ਹਾ ਕੀਤਾ, ਇਹਨਾਂ ਚੀਜ਼ਾਂ ਦੀ ਕੋਈ ਜ਼ਰੂਰਤ ਨਹੀਂ। ਇਹ ਮਹੱਤਮ ਦਾ ਕੰਮ ਹੈ, ਸਿਰਫ ਸੰਗਤਾਂ ਮੱਥਾ ਟੇਕਣ, ਚੁੱਪ ਚਾਪ ਆਪਣੇ ਘਰ ਜਾਣ, ਗੁਰੂ ਘਰ ਦਾ ਪਿਆਰ ਕਰਨ, ਇੰਨਾ ਹੀ। 4 ਸਾਲਾਂ ਦੀ ਬੱਚੀ ਨੇ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਤੋਂ ਅਪੀਲ ਕੀਤੀ ਮੁੱਖ ਮੰਤਰੀ ਨੂੰ, ਸਿਰਫ 4 ਸਾਲਾਂ ਦੀ ਬੱਚੀ ਨੇ, ਕਿ ਜਿਸ ਦਿਨ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਉਸ ਦਿਨ ਪੂਰੇ ਪੰਜਾਬ ਦੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਅਤੇ ਮੀਟ ਦੇ ਜਿਹੜੇ ਹੈਗੇ ਆ ਜਿਹੜੀਆਂ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਉਸ ਬੱਚੀ ਨੂੰ, ਤੁਹਾਡਾ ਕੀ ਕਹਿਣਾ? ਜਿਹੜੇ ਹੈਗੇ ਪੰਜਾਬ ਦੇ ਮੁੱਖ ਮੰਤਰੀ ਵੀ ਖੁਦ ਸਿੱਖ ਹਨ ਅਤੇ ਸਾਡੇ ਸਾਹਿਬਜ਼ਾਦਿਆਂ ਦੀ ਜਿਹੜੀ ਅੱਜ ਤੱਕ ਲਸਾਨੀ ਕੁਰਬਾਨੀ ਪੂਰੀ ਦੁਨੀਆ ਦੇ ਵਿੱਚ ਐਡੀ ਵੱਡੀ ਕੁਰਬਾਨੀ ਨਹੀਂ ਦਿੱਤੀ, ਤੁਸੀਂ ਕੀ ਮੰਨਦੇ ਹੋ? ਮੁੱਖ ਮੰਤਰੀ ਨੂੰ ਛੱਡੋ ਜੀ, ਉਹਨਾਂ ਨੇ ਕੁਛ ਨਹੀਂ ਕਰਨਾ। ਇੱਥੇ ਜਿੱਥੇ ਆਪਾਂ ਖੜ੍ਹੇ ਹਾਂ ਇਸ ਧਰਤੀ ਦੇ ਲਾਗੇ ਤਾਗੇ ਸਾਰੀਆਂ ਮੀਟ ਸ਼ਾਪ ਦੀਆਂ ਦੁਕਾਨਾਂ ਬੰਦ ਹੈ। ਉਹਨਾਂ ਦੇ ਆਪਣੀ ਆਤਮਾ ਦੇ ਹਿਸਾਬ ਨਾਲ, ਸਰਪੰਚਾਂ ਦੇ ਕਹਿਣ ਦੇ ਮੁਤਾਬਕ ਇਹ ਸਾਰੀਆਂ ਬੰਦ ਰਹਿਣਗੀਆਂ। ਜਿੱਥੇ ਜਿੱਥੇ ਧਾਰਮਿਕ ਸਮਾਗਮ ਚੱਲਣਗੇ ਉਹਨਾਂ ਦੇ ਨੇੜੇ ਤੇੜੇ ਜਿੰਨੀਆਂ ਵੀ ਦੁਕਾਨਾਂ ਹੈਗੀਆਂ ਸਾਰੀਆਂ ਆਪਣੇ ਧਾਰਮਿਕ ਸੰਮੇਲਨ ਕਰਕੇ ਬੰਦ ਰੱਖਣਗੇ। ਕੀ ਸਿਰਫ ਸਾਹਿਬਜ਼ਾਦੇ ਸਿਰਫ ਚਮਕੌਰ ਸਾਹਿਬ ਦੇ ਏਰੀਏ ਤੱਕ ਸੀਮਤ ਰਹਿਣਗੇ ਕਿ ਪੂਰੇ ਪੰਜਾਬ ਦੇ ਵਿੱਚ ਬੰਦ ਹੀ ਹੋਣੀਆਂ ਚਾਹੀਦੀਆਂ? ਤੁਸੀਂ ਬੜਾ ਵਧੀਆ ਸਵਾਲ ਦੱਸਿਆ, ਪਰ ਲੇਕਿਨ ਲੋਕ ਮਾਇਆ ਦੀ ਦੌੜ ਇੰਨੀ ਹੈਗੀ ਆ ਕਿ ਸੁਣ ਕੇ ਅਣਸੁਣਾ ਕਰ ਦਿੰਦੇ ਨੇ। ਅਸੀਂ ਦੇਖੋ ਕਿਸੇ ਵੀ ਜਿਹੜੇ ਹੈਗੇ ਆ ਸ਼ਖਸੀਅਤ ਨੂੰ ਜਾਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ, ਸਭ ਦਾ ਸਨਮਾਨ ਹੋਣਾ ਚਾਹੀਦਾ। 2 ਅਕਤੂਬਰ ਗਾਂਧੀ ਜਯੰਤੀ ਪੂਰੇ ਦੇਸ਼ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਹੁੰਦੇ ਆ, ਮਹਾਂਵੀਰ ਜਯੰਤੀ ਪੂਰੇ ਦੇਸ਼ ਦੇ ਵਿੱਚ ਮੀਟ ਆਂਡੇ ਦੀ ਦੁਕਾਨਾਂ ਬੰਦ ਹੁੰਦੀਆਂ, ਤਾਂ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੇ ਪੂਰੇ ਦੇਸ਼ ਦੇ ਵਿੱਚ ਸ਼ਰਾਬ ਮੀਟ ਬੰਦ ਨਹੀਂ ਕਰਵਾਇਆ ਜਾ ਸਕਦਾ? ਬੰਦ ਕਰਵਾਇਆ ਜਾ ਸਕਦਾ ਜੇ ਸਰਕਾਰ ਸਖਤੀ ਨਾਲ ਆਰਡਰ ਦੇਵੇ ਇਹਨਾਂ ਨੂੰ। ਕੈਪਟਨ ਅਮਰਿੰਦਰ ਸਿੰਘ ਦਾ ਫਰਜ਼ ਬਣਦਾ ਕਿ ਉਹ ਸਖਤੀ ਨਾਲ ਸਾਰਿਆਂ ਨੂੰ ਨੋਟਿਸ ਜਾਰੀ ਕੀਤਾ ਜਾਵੇ ਕਿ ਮੀਟ ਦੀਆਂ ਦੁਕਾਨਾਂ, ਮੁਰਗੇ ਦੀਆਂ ਦੁਕਾਨਾਂ ਸਾਰੀਆਂ ਨੇੜੇ ਤੇੜੇ ਦੀਆਂ ਬੰਦ ਕੀਤੀਆਂ ਜਾਣ। ਇਹ 2-3 ਦਿਨ ਬੰਦ ਕਰਨੀਆਂ, ਕੋਈ ਸਾਰੀ ਉਮਰ ਥੋੜ੍ਹੀ ਬੰਦ ਰਹਿ ਜਾਣੀ ਹੈ। ਲੋਕ ਮੰਨਣ ਨੂੰ ਤਿਆਰ ਹੈ, ਪਰ ਇਹ ਦੇਖੋ ਦੇਖੀ ਇੱਕ ਦੂਜੇ ਨੂੰ ਕਰਕੇ ਸਾਰੇ ਖੋਲ੍ਹ ਲੈਂਦੇ ਆ। ਇਹ ਸਿੱਖ ਸੰਗਤਾਂ ਨੂੰ ਵੀ ਜ਼ਰੂਰਤ ਹੈ ਇਸ ਤਰ੍ਹਾਂ ਦੀ ਅਪੀਲਾਂ ਕਰਨ ਦੀ, ਭੇਜਣ ਦੀ ਲੈਟਰ ਜਿਹੜੇ ਕਿ ਮੁੱਖ ਮੰਤਰੀ ਨੂੰ? ਜੇ 4 ਸਾਲ ਦੇ ਬੱਚੇ ਦਾ ਜਜ਼ਬਾ ਤੁਸੀਂ ਦੱਸ ਰਹੇ ਹੋ, ਭੱਠਾ ਸਾਹਿਬ ਉਹ ਛੋਟੇ ਜਿਹੇ ਬੱਚੇ ਨੇ ਅਨਾਊਂਸ ਕੀਤਾ, ਇੱਦਾਂ ਸਾਰੀ ਸੰਗਤ ਦੀ ਮਨੋਕਾਮਨਾ ਇਹੀ ਹੈ ਕਿ ਇਹ ਦੁਖੀ ਹਿਰਦੇ ਨਾਲ ਸਾਰਾ ਸਮਾਗਮ ਹੁੰਦਾ ਅਤੇ ਸ਼ਾਂਤ ਨਾਲ ਮਨਾਇਆ ਜਾਵੇ। ਮੁਰਗੇ ਮੀਟ ਸ਼ਰਾਬ ਦੀਆਂ ਦੁਕਾਨਾਂ ਬੰਦ ਕੀਤੀਆਂ ਜਾਣ, ਖੇਲ ਜਿਹੜੇ ਇਹ ਲਾਉਂਦੇ ਨਾਟਕ ਵਗੈਰਾ ਸਾਰਾ ਕੁਝ, ਇਹ ਡਾਂਸ ਪਾਰਟੀਆਂ ਵਗੈਰਾ ਬੰਦ ਕੀਤੀਆਂ ਜਾਣ। ਹਾਂਜੀ ਬਿਲਕੁਲ। ਅੱਜ ਕੀ ਨਾਮ ਹੈ ਜੀ ਆਪਾਂ? ਮੈਂ ਕਿਹਾ ਜਸਮੀਤ ਸਿੰਘ। ਕਿਹੜੀ ਜਗ੍ਹਾ ਤੋਂ ਆਏ? ਮੈਂ ਮੋਹਾਲੀ ਤੋਂ ਆਇਆ। ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸ਼ਹੀਦੀ ਜੋੜ ਮੇਲੇ ਮਨਾਏ ਜਾ ਰਹੇ ਆ ਅੱਜ, ਜਿਹੜਾ ਹੈਗਾ ਇਤਿਹਾਸਿਕ ਦਿਨ ਆ ਜਿਹੜੇ ਸਾਹਿਬਜ਼ਾਦੇ ਜਿਹੜੇ ਸ਼ਹੀਦ ਹੋਏ ਸੀ? ਕੀ ਕਹਿਣਾ ਇਹ ਦਿਨ ਜਿਹੜਾ ਅਸੀਂ ਮਨਾ ਰਹੇ ਹਾਂ, ਬੜੀ ਭਾਗਾ ਦੁਭਾਗਾ ਨਾਲ ਬਣਿਆ ਹੈ। ਅਸੀਂ ਆਪਣੇ ਬੱਚਿਆਂ ਨੂੰ ਦਿਖਾਉਣ ਆਏ ਹਾਂ ਕਿ ਇੱਥੇ 2 ਵੱਡੇ ਸਾਹਿਬਜ਼ਾਦਿਆਂ ਨੇ 1.25 ਲੱਖ ਫੌਜਾਂ ਨਾਲ ਲੜਾਈਆਂ ਕਰਦੇ ਕਰਦੇ ਸ਼ਹੀਦੀ ਪਾਈ ਹੈ। ਅਤੇ ਅਸੀਂ ਆਪਣੇ ਬੱਚਿਆਂ ਨੂੰ ਦਿਖਾਉਣ ਆਏ ਹਾਂ ਕਿ ਗੁਰਸਿੱਖੀ ਬੜੇ ਕਰਮਾਂ ਵਾਲਿਆਂ ਨੂੰ ਮਿਲਦੀ ਹੈ, ਇਹ ਐਵੇਂ ਨਹੀਂ ਮਿਲਦੀ, ਸ਼ਹੀਦੀ ਪਾ ਕੇ ਗੁਰਸਿੱਖੀ ਮਿਲਦੀ ਹੈ। ਮੈਂ ਸਾਰੀਆਂ ਸੰਗਤਾਂ ਨੂੰ ਕਹਿੰਦਾ ਕਿ ਅਸੀਂ ਆਪਾਂ ਨੇ ਪੂਰੇ ਖਾਲਸਾ ਬਣਨਾ, ਅੰਮ੍ਰਿਤ ਛਕਣਾ, ਨਾਮ ਜਪਣਾ ਔਰ ਗੁਰਸਿੱਖੀ ਦੇ ਜੀਵਨ ਨਾਲ ਚੱਲਣਾ। ਬਿਲਕੁਲ ਜੀ, ਇਹ ਹੈ ਜਜ਼ਬਾ ਸਿੱਖ ਸੰਗਤਾਂ ਦਾ। ਆਪਣੇ ਬੱਚਿਆਂ ਨੂੰ ਜਿਹੜੇ ਹੈਗੇ ਆ ਇਸ ਸਥਾਨ ਦੇ ਦਰਸ਼ਨ ਕਰਵਾਉਣ ਪਹੁੰਚੇ ਨੇ ਤਾਂ ਕਿ ਅਸੀਂ ਬੱਚਿਆਂ ਨੂੰ ਆਪਣਿਆਂ ਨੂੰ ਇਤਿਹਾਸ ਨਾਲ ਜੋੜ ਸਕੀਏ। ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਗੁਰਦੁਆਰਾ ਸਾਹਿਬ ਦੇ ਅੰਦਰ, ਦਿਖਾਉਂਦੇ ਕਿ ਕਿਸ ਤਰ੍ਹਾਂ ਸੰਗਤਾਂ ਜਿਹੜੀਆਂ ਹੈਗੀਆਂ ਸ਼ਰਧਾਂਜਲੀ ਦੇਣ ਪਹੁੰਚਦੀਆਂ ਨੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ। ਆਹ
ਸੋ ਦਰਸ਼ਨ ਕੀਤੇ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਦੇ। ਗੱਲ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਜਿਹੜੇ ਹੈਗੇ ਪ੍ਰਬੰਧਾਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਮਹਿੰਦਰ ਸਿੰਘ ਜੀ ਨਾਲ ਆਓ ਗੱਲ ਕਰਦੇ ਹਾਂ ਭਾਈ ਮਹਿੰਦਰ ਸਿੰਘ ਜੀ ਨਾਲ ਕਿ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ 3 ਦਿਨਾਂ ਸ਼ਹੀਦੀ ਜੋੜ ਮੇਲੇ ਦੇ ਪ੍ਰਬੰਧ ਕੀਤੇ ਗਏ ਨੇ। 23 ਤਰੀਕ ਨੂੰ ਸਵੇਰੇ ਇਸੇ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਫਿਰ ਦੀਵਾਨ ਸਜਣਗੇ ਅਤੇ 10 ਵਜੇ ਨਗਰ ਕੀਰਤਨ ਸ਼ੁਰੂ ਕੀਤੇ ਜਾਣਗੇ। ਨਗਰ ਕੀਰਤਨ ਦੀ ਰਵਾਨਗੀ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕਰਨਗੇ। ਤੋ ਸਾਰੀਆਂ ਸੰਗਤਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਗੁਰਮਰਿਆਦਾ ਅਨੁਸਾਰ ਮਰਿਆਦਾ ਵਿੱਚ ਰਹਿ ਕੇ ਸ਼ਹੀਦ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਕਿਰਪਾਲਤਾ ਕਰਨ ਦੀ। ਮੇਰੇ ਸਾਹਿਬ ਕੱਲ੍ਹ ਨੂੰ ਜਿਹੜੀਆਂ ਹੈਗੀਆਂ ਪ੍ਰਮੁੱਖ ਸ਼ਖਸੀਅਤਾਂ ਜਿਹੜੀਆਂ SGPC ਆ ਹੋਰ ਜਿਹੜੇ ਲੀਡਰ ਕੌਣ ਪਹੁੰਚ ਰਹੇ ਜਿਹੜੇ ਕੱਲ੍ਹ ਨੂੰ? ਕੱਲ੍ਹ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਪਹੁੰਚ ਰਹੇ ਨੇ, ਇਹ ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ ਪਹੁੰਚ ਰਹੇ ਨੇ, ਹੋਰ ਵੀ ਰਾਜਨੀਤਿਕ ਆਗੂ ਨੇ ਜਿਹੜੇ ਉਹ ਧਾਰਮਿਕ ਉਸ ਮੁਤਾਬਕ ਹੀ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸਟੇਜ 'ਤੇ ਕਿਸੇ ਕਿਸਮ ਦੀ ਕੋਈ ਰਾਜਨੀਤਿਕ ਗੱਲ ਨਹੀਂ ਕੀਤੀ ਜਾਊ। ਅਤੇ ਪ੍ਰਬੰਧ ਕਿਸ ਤਰ੍ਹਾਂ ਕੀਤੇ ਗਏ ਸੰਗਤਾਂ ਦੇ ਲਈ 3 ਦਿਨਾਂ ਦੇ ਜਿਹੜੇ ਗੁਰਦੁਆਰਾ ਸਾਹਿਬ ਵਿਖੇ? ਦੇਖੋ ਪ੍ਰਬੰਧ ਕਰਨ ਲਈ ਅਸੀਂ ਤਕਰੀਬਨ ਕਾਫੀ ਸਮੇਂ ਤੋਂ ਲੱਗੇ ਹੋਏ ਹਾਂ। ਸਭ ਤੋਂ ਵੱਡੀ ਗੱਲ ਇਸ ਵਾਰੀ ਇਹ ਹੋਈ ਆ ਕਿ ਇਸ ਵਾਰ ਜਿਹੜੇ ਸ੍ਰੀ ਦਰਬਾਰ ਸਾਹਿਬ ਨੂੰ ਨਵੀਂ ਦਿੱਖ ਦਿੱਤੀ ਗਈ ਆ, ਉਹ ਵੀ ਇੱਕ ਰਿਕਾਰਡ ਟਾਈਮ ਦੇ ਵਿੱਚ ਪੂਰਾ ਕੀਤਾ ਗਿਆ ਹੈ। ਸੰਗਤਾਂ ਦਰਸ਼ਨ ਕਰਕੇ ਬਹੁਤ ਖੁਸ਼ ਹੋ ਰਹੀਆਂ ਨੇ ਅਤੇ ਸੰਗਤਾਂ ਨੇ ਇਸ ਗੱਲ ਨੂੰ ਬਹੁਤ ਚੰਗਾ ਮੰਨਿਆ ਅਤੇ ਪ੍ਰਬੰਧ ਅਸੀਂ ਤਕਰੀਬਨ 2 ਮਹੀਨੇ ਤੋਂ ਲੱਗੇ ਹੋਏ ਹਾਂ, ਇਸ ਵਾਰ ਪਹਿਲਾਂ ਵਾਲੇ ਪ੍ਰਬੰਧਾਂ ਨਾਲੋਂ ਔਰ ਬਿਹਤਰ ਪ੍ਰਬੰਧ ਕਰਕੇ ਦੇਣ ਦੀ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਹਾਂ। ਸੋ ਇਹ ਸਨ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਿਨ੍ਹਾਂ ਨੇ ਦੱਸਿਆ ਪ੍ਰਬੰਧਾਂ ਨੂੰ ਲੈ ਕੇ ਕਿਸ ਤਰ੍ਹਾਂ 3 ਦਿਨ ਦੇ ਪ੍ਰਬੰਧ ਜਿਹੜੇ ਹੈਗੇ ਕੀਤੇ ਗਏ ਨੇ। ਸੋ ਸਾਨੂੰ ਦਿਓ ਇਜਾਜ਼ਤ। ਰੂਪਨਗਰ ਤੋਂ ਕੈਮਰਾਮੈਨ ਮਨੀ ਦੇ ਨਾਲ ਸੱਜਣ ਸੈਣੀ।